ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਪਾਰਟੀਆਂ ਦੇ ਵਿੱਚ ਕਿਹੜੀ ਗਲਤੀ ਆ ਜੋ ਸੈਂਟਰ ਸਰਕਾਰ ਨੂੰ ਪਸੰਦ ਨਹੀਂ ਆਈ ਹੈ। ਇਹ ਪੰਜਾਬ ਦਾ ਉਹ ਵਿਰਸਾ, ਇਹਦੇ ਵਿੱਚ ਪੰਜਾਬ ਦੇ ਉਹ ਇਨਕਲਾਬੀ ਯੋਧੇ ਆ ਜਿਹਨਾਂ ਨੇ ਪੰਜਾਬ ਨੂੰ, ਇੰਡੀਆ ਨੂੰ ਤਰੱਕੀ ਲੈ ਕੇ ਦਿੱਤੀ ਆ, ਭਾਰਤ ਆਜ਼ਾਦ ਕਰਵਾਇਆ ਹੈਗਾ। ਸੋ ਅਸੀਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਵਿੱਚ ਕਿਹੜੀ ਗਲਤੀ ਸੀ ਜਿਹੜੀ ਸੈਂਟਰ ਸਰਕਾਰ ਨੇ ਇਹ ਜਿਹੜੀਆਂ ਪਟਾਕੀਆਂ ਸੀ ਉਹ ਰਿਜੈਕਟ ਕੀਤੀਆਂ। ਪੰਜਾਬੀਆਂ ਦਾ ਅਪਮਾਨ ਕੀਤਾ। ਜਨਵਰੀ ਨੂੰ ਰੋਪੜ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਈ ਸੀ। ਅਤੇ 27 ਤਰੀਕ ਨੂੰ ਇਹ ਅਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਆਪਣੇ ਅਲੱਗ ਅਲੱਗ ਪੜਾਵਾਂ 'ਚ ਮੋਹਾਲੀ, ਮੋਹਾਲੀ ਤੋਂ ਬਾਅਦ ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਤੋਂ ਬਾਅਦ ਅਸੀਂ ਮਤਲਬ ਕਿ ਆ ਗਏ ਸੀ ਇੱਧਰ ਨਵਾਂਸ਼ਹਿਰ, ਨਵਾਂਸ਼ਹਿਰ ਤੋਂ ਹੁਸ਼ਿਆਰਪੁਰ ਹੁੰਦੇ ਹੋਏ ਅਤੇ ਅੱਜ ਮੁਕੇਰੀਆ ਪਹੁੰਚ ਚੁੱਕੀ ਹੈ। ਮੁਕੇਰੀਆ ਤੋਂ ਅੱਗੇ ਪਠਾਨਕੋਟ ਜਾਊਂਗੇ ਅਸੀਂ। ਇਹ ਝਾਕੀਆਂ ਨੂੰ ਦਰਸਾਉਣ ਦਾ ਮੁੱਖ ਮੰਤਵ ਕੀ ਹੈ ਸਰਕਾਰ ਦਾ? ਝਲਕੀਆਂ ਇਹ ਮੁੱਖ ਮੰਤਵ ਇਹੀ ਹੈ ਜੀ, ਕਹਿੰਦੇ ਦਿੱਲੀ ਦੇ ਵਿੱਚ ਤਾਂ ਝਲਕੀਆਂ ਰਿਜੈਕਟ ਕਰ ਦਿੱਤੀਆਂ ਸੀ, ਪਰ ਤੁਸੀਂ ਦੇਖ ਸਕਦੇ ਹੋ ਇੱਦਾਂ ਦਾ ਤਾਂ ਕੁਝ ਹੈ ਨਹੀਂ ਵੀ ਸਰਕਾਰ ਆਪਣੀ ਐਡਵਰਟਾਈਜਮੈਂਟ ਕਰ ਰਹੀ ਆ ਵੀ ਇਹਨੂੰ ਦਿਖਾਉਣ ਵਾਸਤੇ। ਸਿੰਪਲ ਹੈ ਅਤੇ ਪੁਰਾਣਾ ਆਪਣਾ ਵਿਰਸਾ, ਅੱਜ ਕੱਲ੍ਹ ਲੋਕ ਜਿੱਦਾਂ ਮੋਬਾਈਲ ਵਿੱਚ ਪੁਰਾਣੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਸੀ ਉਹ ਚੀਜ਼ਾਂ ਦਿਖਾਈਆਂ ਗਈਆਂ ਝਲਕੀਆਂ ਪੰਜਾਬ ਨਾਲ ਧੱਕਾ, ਚਲੋ ਉਹ ਉਹਨਾਂ ਦੀ ਆਪਸ 'ਚ ਵੀ ਆ ਜਿੱਦਾਂ ਵੀ ਹੋ ਰਿਹਾ ਸੀ, ਪਰ ਲੇਕਿਨ ਝਲਕੀਆਂ ਦੇ ਵਿੱਚ ਇੱਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਸਾਨੂੰ ਲੱਗਦੀ ਨਹੀਂ। ਲੋਕਾਂ 'ਚ ਵੀ ਇਹ ਬਹੁਤ ਕਰੇਜ਼ ਆ, ਲੋਕ ਬਹੁਤ ਵੀਡੀਓ ਬਣਾਉਂਦੇ ਆ, ਫੋਟੋਆਂ ਬਣਾਉਂਦੇ ਆ, ਖੁਸ਼ ਹੁੰਦੇ ਆ ਦੇਖ ਕੇ ਅਤੇ ਭਗਤ ਸਿੰਘ ਦੇ ਨਾਰੇ ਲਾਉਂਦੇ ਆ ਅਤੇ ਬੱਚਿਆਂ ਨੂੰ ਵੀ ਇਸ ਚੀਜ਼ 'ਤੇ ਬਹੁਤ ਇੰਟਰਸਟ ਹੁੰਦਾ ਜੀ। ਆਪਾਂ ਇੱਕ ਦੋ ਨਾਰੇ ਹੁਣ ਪੰਜਾਬ ਜਾਂ ਸਾਡੀ ਉਮਰ ਹੋ ਗਈ, ਹਰ ਸਾਲ 26 ਜਨਵਰੀ ਨੂੰ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਸੀ ਉਹ ਪਰੇਡ ਦੇ ਵਿੱਚ ਦਿਖਾਈ ਜਾਂਦੀ ਸੀ, ਮਗਰ ਇਸ ਵਾਰ ਦੀ ਜਿਹੜੀ ਮੋਦੀ ਸਰਕਾਰ ਹੈ ਉਹਨੇ ਪੰਜਾਬ ਦੇ ਨਾਲ ਜਿਹੜਾ ਆਪਣਾ ਵਿਤਕਰਾ ਕਰਨ ਦੀ ਜਿਹੜੀ ਰੀਤ ਹੈ ਉਹ ਚਾਲੂ ਰੱਖੀ। ਔਰ ਸਾਡੀ ਦੇਖੋ ਤੁਸੀਂ ਦੇਖ ਰਹੇ ਹੋ ਕਿ ਆਹ ਝਾਕੀਆਂ ਜਿਹਨਾਂ ਨੂੰ ਉਹਨਾਂ ਨੇ ਰਿਜੈਕਟ ਕਰਤਾ, ਜਿਹਨੂੰ ਸਾਰੇ ਅਸੀਂ ਲੋਕ ਇਹਨਾਂ ਸੂਰਵੀਰਾਂ ਨੂੰ ਪੂਜਦੇ ਹਾਂ, ਇਹਨਾਂ ਦੀ ਬਦੌਲਤ ਅਸੀਂ ਅਜੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਸੋ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਝਾਕੀਆਂ ਸਾਰੇ ਪੰਜਾਬ 'ਚ ਘੁੰਮਾਈਆਂ ਜਾ ਰਹੀਆਂ, ਲੋਕਾਂ ਦੇ ਕੋਲੋਂ ਪੁੱਛਿਆ ਜਾ ਰਿਹਾ ਕਿ ਦੱਸੋ ਕਿ ਇਹਨਾਂ 'ਚ ਕਮੀ ਕੀ ਸੀ, ਕੀ ਅਸੀਂ ਇਹਨਾਂ ਨੂੰ ਨਹੀਂ ਦਿਖਾਉਣਾ ਚਾਹੀਦਾ ਸੀਗਾ। ਸੋ ਅਸੀਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੀ ਤੁਸੀਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਹੈ ਕਿ ਜਿਹੜੇ ਲੋਕਾਂ ਨੂੰ, ਜਿਹੜਾ ਲੋਕਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਜਿਹੜਾ ਮਾਣ ਮਾਣ ਰਹੇ ਹਾਂ ਉਹਨਾਂ ਨੂੰ ਕਿਉਂ ਨਹੀਂ ਦਿਖਾਇਆ ਜਾ ਰਿਹਾ। ਸੋ ਤੁਸੀਂ ਸਾਰੇ ਅਵੇਅਰ, ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਦੀ ਜਿਹੜੀ ਮੌਜੂਦਾ ਸਰਕਾਰ ਹੈ ਜੀ ਸੈਂਟਰ ਦੀ, ਉਹਨਾਂ ਨੂੰ ਮੂੰਹ ਤੋੜਵਾ ਜਵਾਬ ਜ਼ਰੂਰ ਦੇਣਾ। Thank you.
दोस्तों आपका स्काइसी ऑयल, ये ऑयल पूरा 100% नेचुरल इंग्रेडिएंट से बना हुआ है। इसके अंदर टोटल नेचुरल हर्ब्स पड़े हुए हैं, कोई केमिकल नहीं है इसमें। जरूर इसको एक बार आप यूज करें, आपके मन को शांति होगी कि आज तक ऐसा प्रोडक्ट हम लोगों ने नहीं देखा। स्काइसी ऑयल। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.